ਕਿੱਕਲ ਜੀ ਸਾਰਿਆਂ ਨੂੰ ਮੈਂ ਹੁਣੇ ਸ਼ਾਵਰ ਲੈ ਕੇ ਹਟਿਆ ਤੁਸੀਂ ਇਹ ਮੇਰਾ ਬਿਫੋਰ ਐਂਡ ਆਫਟਰ ਲਈ ਤੁਸੀਂ ਦੇਖ ਸਕਦੇ ਆਂ ਵੀਡੀਓ ਸਕਿਨ ਦਾ ਇੰਨਾ ਫਰਕ ਹੋਇਆ ਅੰਡਰ ਆਈ ਰਿੰਕਲ ਦਾ ਵੀ 16 17 ਦਿਨ ਹੋਏ ਆ ਜੀ ਪ੍ਰੋਡਕਟ ਯੂਜ਼ ਕਰਦਿਆਂ ਨੂੰ ਕੁਝ ਨਹੀਂ ਲੱਗਿਆ ਹੋਇਆ ਆ ਮੇਰਾ ਜਿਹੜਾ ਰਾਈਟ ਹੈਂਡ ਸਾਈਡ ਆ ਇਹ ਬਿਫੋਰ ਵਾਲਾ ਇਹਦੇ ਤੇ ਹੁਣ ਮੈਂ ਦੂਸਰੇ ਨਾਰਮਲ ਮੋਇਸਚਰਾਈਜ਼ਰ ਯੂਜ਼ ਕਰਦਾ ਤੇ ਲਕਸੀਚ ਦੇ ਨਹੀਂ ਯੂਜ਼ ਕਰਦਾ ਤੇ ਇਧਰਲਾ ਹੈਗਾ ਲੈਫਟ ਹੈਂਡ ਜੀ ਤੇ ਰਿੰਕਲਸ ਨੂੰ ਵੀ ਮੈਨੂੰ ਕਾਫੀ ਫਰਕ ਲੱਗਦਾ ਆ ਦੇਖੋ ਜੀ ਇਹ ਕਮਲ ਮੈਂ ਦਿਖਾਉਣਾ ਤੁਹਾਨੂੰ ਇਹ ਆ ਦੇਖੋ ਇੱਥੇ ਐਵੇਂ ਰੱਖਿਆ ਸਿੱਧਾ ਤੇ ਇਹਦਾ ਟੈਕਚਰ ਚੈੱਕ ਕਰੋ ਪਲੀਜ਼ ਇਹਦੇ ਤੇ ਆਪਾਂ ਲਕਸੀਚ ਦੇ ਪ੍ਰੋਡਕਟ ਯੂਜ਼ ਕਰਦੇ ਆਂ ਤੇ ਦੂਜਾ ਹੱਥੋਂ ਮੈਂ ਤੁਹਾਨੂੰ ਦਿਖਾਉਣਾ ਆ ਦੇਖ ਲਓ ਉੱਥੇ ਉਵੇਂ ਹੀ ਇਹ ਰੱਖਿਆ ਸੇਮ ਪੋਜੀਸ਼ਨ ਚ ਹੈ ਰਿੰਕਲਸ ਨੂੰ ਥੋੜਾ ਜਿਹਾ ਫਰਕ ਇਧਰਲੇ ਪਾਸਾ ਜਿਵੇਂ ਆਪਾਂ ਯੂਜ਼ ਨਹੀਂ ਕਰਦੇ ਇਹ ਤੇ ਮੈਂ ਇਹ ਕਾਫੀ ਇਹਦੀ ਹਾਲਤ ਵਿਚਾਰੇ ਦੀ ਖਰਾਬ ਸੀਗੀ ਆ ਦੇਖੋ ਮੋਇਸਚਰਾਈਜ਼ਰ ਤੋਂ ਬਿਨਾ ਹੁਣ ਮੈਂ ਇਹਦੇ ਤੇ ਨਾਰਮਲ ਕਲ ਪ੍ਰੋਡਕਟ ਯੂਜ਼ ਕੀਤਾ ਇਹਦੇ ਤੇ ਆਪਾਂ ਕਰਦੇ ਆ ਲਕਸੀਚ ਦਾ ਜੀ ਠੀਕ ਹੈ ਇਹਦਾ ਸਕਿਨ ਟੈਕਚਰ ਬੜਾ ਹੀ ਵਧੀਆ ਸਮੂਹ ਦਾ ਰਿੰਕਲ ਵੀ ਥੋੜੀਆਂ ਜਿਹੀਆਂ ਘਟੀਆਂ ਨੇ 20 25% ਆਈਵੋਟ ਸੇ 17 18 ਦਿਨ ਹੋਏ ਆ ਪ੍ਰੋਡਕਟ ਯੂਜ਼ ਕਰਦਿਆਂ ਰਿੰਕਲਸ ਵੀ ਤੁਸੀਂ ਨੋਟਿਸ ਕਰ ਸਕਦੇ ਆ ਮੈਂ ਉੱਥੇ ਖੜਾ ਜਿੱਥੇ ਖੜ ਕੇ ਵੀਡੀਓ ਹਮੇਸ਼ਾ ਬਣਾਉਣਾ ਸਮਝਾ ਤੇ ਕਿ ਲਾਈਟ ਲੂਕ ਡਿਫਰੈਂਟ ਨਾ ਹੋਵੇ ਤੁਸੀਂ ਦੇਖ ਸਕਦੇ ਆ तकरीबन 30 40% 30% ਆਇਵਟ ਸੇ 17 18 ਦਿਨ 40% ਕਹਿ ਸਕਦੇ ਆ 17 18 ਦਿਨ ਪ੍ਰੋਡਕਟ ਯੂਜ਼ ਕੀਤੀ ਹੈ ਜੀ ਲਕਸ਼ੀਚ ਦੇ ਪ੍ਰੋਡਕਟ ਵਧੀਆ ਨੇ ਰਿਜ਼ਲਟ ਓਰੀਐਂਟਡ ਆ ਪਰ ਹਾਂ ਮੈਂ ਫੇਰ ਕਹੂੰਗਾ ਬਾਰ-ਬਾਰ ਸਾਰਿਆਂ ਨੂੰ ਕਿ ਜਿਵੇਂ ਵੱਡੀਆਂ ਕੰਪਨੀਆਂ ਸਾਰੀਆਂ ਕਹਿੰਦੀਆਂ ਕਿ 2 ਮਹੀਨੇ ਹਨਾ 2 ਮਹੀਨੇ ਯੂਜ਼ ਕਰੋ ਫਿਰ ਤੁਹਾਨੂੰ ਕੋਈ ਰਿਜ਼ਲਟ ਨਜ਼ਰ ਆਊਗਾ ਤਾਂ ਉਮੈਂ ਆ ਦੂਜੀ ਗੱਲ ਡਰਾਅ ਦੇ ਵਿੱਚ ਜਿਹੜੇ ਭਾਗ ਲੈਂਦੇ ਭਣਪਰਾ ਉਹਨਾਂ ਨੂੰ ਆ ਇਹੀ ਹੈ ਕਿ ਸ਼ਾਮ ਨੂੰ ਆਪਾਂ ਡਰਾ ਕੱਢਦੇ ਹਾਂ ਰੋਜ਼ ਤੇ ਪਲੀਜ਼ ਫਾਲੋ ਕਰ ਲਓ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ਾਮ ਨੂੰ ਮਿਲਦੇ ਆ ਫਿਰ